ਮੁੰਬਈ ਤੋਂ ਜੰਮੂ ਕਸ਼ਮੀਰ ਤੱਕ 2100 ਕਿਲੋਮੀਟਰ ਤੱਕ ਦਾ ਸਫ਼ਰ ਤੇ ਉਹ ਵੀ ਸਾਈਕਲ ਉੱਪਰ। ਜੀ ਹਾਂ, ਜੰਮੂ ਕਸ਼ਮੀਰ ਦੇ ਰਾਜੌਰੀ ਦਾ ਆਰਿਫ ਆਪਣੇ ਬਿਮਾਰ ਪਿਤਾ ਦੀ ਮਦਦ ਲਈ ਇਹ ਸਫ਼ਰ ਤੈਅ ਕਰਨ ਲਈ ਨਿਕਲ ਤੁਰਿਆ। ਅਸਲ ਵਿੱਚ ਮੁੰਬਈ ਵਿੱਚ ਕੰਮ ਕਰਦਾ ਆਰਿਫ ਪਰੇਸ਼ਾਨ ਸੀ। ਲਾਕਡਾਊਨ ਹੋਇਆ ਤਾਂ ਮੁੰਬਈ ਵਿੱਚ ਫਸ ਗਿਆ। ਹਜ਼ਾਰਾਂ ਕਿਲੋਮੀਟਰ ਦੂਰ ਮਾਪਿਆਂ ਦੀ ਫਿਕਰ ਸਤਾ ਰਹੀ ਸੀ। ਉਹਨਾਂ ਦਾ ਇਕਲੌਤਾ ਸਹਾਰਾ ਸੀ, ਪਰ ਇਸ ਵੇਲੇ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਸੀ ਜਦੋਂ ਉਹਨਾਂ ਨੂੰ ਉਸਦੀ ਸਭ ਤੋਂ ਵੱਧ ਲੋੜ ਸੀ। 1 ਅਪ੍ਰੈਲ ਨੂੰ ਆਰਿਫ ਨੂੰ ਇਹ ਖ਼ਬਰ ਮਿਲੀ ਕਿ ਉਸਦੇ ਪਿਤਾ ਵਜ਼ੀਰ ਹੁਸੈਨ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ ਅਤੇ ਉਸਦੀ ਹਾਲਤ ਗੰਭੀਰ ਹੈ। ਆਰਿਫ ਹੈ, ਮੈਂ ਰਜ਼ੌਰੀ ਕਾ ਰਹਿਣੇ ਵਾਲਾ ਹੂੰ, ਜੰਮੂ ਕਸ਼ਮੀਰ ਕਾ। ਔਰ ਮੇਰੇ ਵਾਲਦ ਸਾਹਿਬ ਕੋ ਅਟੈਕ ਆਇਆ, ਉਨਕਾ ਸਰ ਕਾ ਨਾੜ ਫਟ ਗਿਆ। ਮੇਰਾ ਬਹਿਣ ਭਾਈ ਕੋਈ ਨਹੀਂ ਹੈ, ਉਨਕੋ ਦੇਖਣੇ ਵਾਲਾ ਕੋਈ ਨਹੀਂ ਹੈ, ਤੋ ਮੇਰੇ ਕੋ ਲਾਜ਼ਮੀ ਜਾਣਾ ਹੈ। ਮੁੰਬਈ ਵਿੱਚ ਇੱਕ ਹਾਊਸਿੰਗ ਸੁਸਾਇਟੀ 'ਚ ਗਾਰਡ ਦੀ ਪਾਰਟ ਟਾਈਮ ਨੌਕਰੀ ਕਰ ਰਹੇ ਅਤੇ ਟੈਕਸੀ ਡਰਾਈਵਰ ਆਰਿਫ ਨੇ ਉਸ ਵੇਲੇ ਹੀ ਧਾਰ ਲਿਆ ਕਿ ਉਹ ਕਿਸੇ ਵੀ ਹੀਲੇ ਰਜੌਰੀ ਜਾਵੇਗਾ। ਜਾਣ ਲਈ ਕੋਈ ਸਾਧਨ ਨਹੀਂ ਸੀ, ਸੋ ਉਸਨੇ ਤੈਅ ਕੀਤਾ ਕਿ ਉਹ ਸਾਈਕਲ ਜ਼ਰੀਏ ਹੀ ਇਹ ਸਫ਼ਰ ਤੈਅ ਕਰੇਗਾ। ਸੋ ਕੁਝ ਬਿਸਕੁਟ ਪੈਕ ਕੀਤੇ ਅਤੇ ਆਪਣੀ ਮੰਜ਼ਿਲ ਵੱਲ ਨਿਕਲ ਤੁਰਿਆ। ਰਾਹ ਲੰਮਾ ਸੀ, ਔਖਾ ਸੀ, ਹਾਲਾਤ ਖਰਾਬ ਸਨ, ਪਰ ਆਰਿਫ ਨੇ ਦ੍ਰਿੜ ਇਰਾਦਾ ਕਰ ਲਿਆ ਸੀ ਕਿ ਉਸਨੇ ਬਸ ਕਿਸੇ ਵੀ ਹੀਲੇ ਜੰਮੂ ਕਸ਼ਮੀਰ ਪਹੁੰਚਣਾ ਹੈ। ਸੋ ਉਸਦਾ ਇਹ ਸਫ਼ਰ ਤੇਜ਼ ਰਫ਼ਤਾਰ ਅੱਗੇ ਵਧਣ ਲੱਗਾ। ਜਦੋਂ CRPF ਨੂੰ ਆਰਿਫ ਦੀ ਕਹਾਣੀ ਦਾ ਪਤਾ ਲੱਗਾ ਤਾਂ ਉਸਦੀ ਮਦਦ ਲਈ ਅੱਗੇ ਆਏ ਅਤੇ ਉਸਦੇ ਪਿਤਾ ਨੂੰ ਏਅਰਲਿਫਟ ਕਰਕੇ ਸ਼ਹਿਰ ਦੇ ਚੰਗੇ ਹਸਪਤਾਲ 'ਚ ਪਹੁੰਚਾਇਆ ਗਿਆ। ਤਾਂ ਆਰਿਫ ਨੂੰ ਵੀ CRPF ਵੱਲੋਂ 5 ਸੂਬਿਆਂ 'ਚ ਮਦਦ ਕੀਤੀ ਗਈ ਤਾਂ ਜੋ ਉਹ ਆਪਣਾ ਇਹ ਸਫ਼ਰ ਆਸਾਨੀ ਨਾਲ ਤੈਅ ਕਰ ਸਕੇ। ADG CRPF ਜ਼ੁਲਫਿਕਾਰ ਹੁਸੈਨ ਦਾ ਕਹਿਣਾ ਹੈ ਕਿ ਸਾਨੂੰ ਇਹ ਪਤਾ ਲੱਗਾ ਕਿ ਉਸਦੇ ਪਿਤਾ ਨੂੰ ਤੁਰੰਤ ਮੈਡੀਕਲ ਸਹੂਲਤ ਦੀ ਲੋੜ ਹੈ। ਅਸੀਂ ਆਰਿਫ ਨੂੰ ਬੜੌਦਾ ਤੋਂ ਪਿਕਅਪ ਕੀਤਾ ਜੋ ਆਪਣੇ ਸਫ਼ਰ ਦੇ ਅਹਿਮਦਾਬਾਦ ਵੱਲ ਜਾ ਰਿਹਾ ਸੀ। ਅਸੀਂ ਉਸਨੂੰ ਯਕੀਨ ਦਵਾਇਆ ਕਿ ਉਸਦੇ ਪਿਤਾ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਤੇ ਉਹਨਾਂ ਦੇ ਜੋ ਵੀ ਅਖਤਿਆਰ ਵਿੱਚ ਹੋਵੇਗਾ ਉਸਦੀ ਮਦਦ ਕੀਤੀ ਜਾਵੇਗੀ। IPS ਹਸਨ ਵੱਲੋਂ ਗੁਜਰਾਤ ਅਤੇ ਰਾਜਸਥਾਨ ਵਿੱਚ ਆਪਣੇ ਬੈਚਮੇਟਸ ਨੂੰ ਆਰਿਫ ਦੀ ਮਦਦ ਦੀ ਅਪੀਲ ਕੀਤੀ ਗਈ। CRPF ਵੱਲੋਂ ਆਪਣੇ ਪ੍ਰੋਟੋਕੋਲ ਦਾ ਧਿਆਨ ਰੱਖਦਿਆਂ ਉਸਦਾ ਪੂਰਾ ਸਹਿਯੋਗ ਕੀਤਾ ਗਿਆ। ਆਰਿਫ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ। ਉਸਦੀ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।